ਭੈਣ ਜੀ ਉੱਠਦੀਆਂ ਹੀ ਨਹੀਂ। ਮੈਂ ਕਹਿੰਦੀ 12 12 ਵਜੇ ਤੱਕ ਜਿੱਲੇ ਝੂੜੀਆਂ ਰਹਿੰਦੀਆਂ। ਹੈਂ ਮੁੰਡਾ ਵੀ ਮਗਰ ਲਾਇਆ ਮੂਰਾ। ਹੈਂ ਪਤਾ ਨਹੀਂ ਕੀ। ਮੈਂ ਕਹਿੰਦੀ ਫੋਨ 'ਤੇ ਗੱਲਾਂ ਕਰਦੀ ਰਹਿੰਦੀ ਘਰੇ, ਆ ਘਰੇ ਬਸ ਪੇਕੇ ਡਈ ਰਹਿੰਦੀ ਗੱਲਾਂ ਕਰਨ। ਹੈਂ ਅਤੇ ਮੁੰਡਾ ਵੀ ਕੁਛ ਨਹੀਂ ਕਹਿੰਦਾ। ਉਹ ਉੱਠ ਕੇ ਮੈਨੂੰ ਕਹਿੰਦਾ ਬੀਬੀ ਸਬਜ਼ੀ ਚਾਹੀਦਾ, ਬੀਬੀ ਕੰਮ ਕਰ। ਉੱਲੂ ਕਹੇ ਥਾਂ ਦਾ ਮਗਰ ਲੱਗਾ ਕਿਤੇ, ਇਸੇ ਕੰਮ ਨੂੰ ਇਹਨਾਂ ਨੂੰ ਪੜ੍ਹਾਇਆ ਸੀ ਲਿਖਾਇਆ ਸੀ। ਹੈਂ ਜੇ ਹੁਣ ਉਹਨੇ ਉੱਠਣਾ ਚਾਹ ਪਾਣੀ ਪੀ ਕੇ ਪਰਸ਼ ਪਾ ਕੇ ਮੈਡਮ ਰਾਣੀ ਨੇ, ਅਤੇ ਉੱਧਰ ਜਾ ਅਤੇ ਉੱਧਰ ਜਾ, ਕਦੀ ਉੱਧਰ ਚਲ ਜਾਂਦਾ ਘੁੰਮਣ ਉਹਦੇ ਨਾਲ ਤਾਂ ਕਦੀ ਉੱਧਰ, ਬਸ ਉਹਨੂੰ ਫੋਨਦਾ ਰਹਿੰਦਾ। ਹੈਂ ਕਿਤੇ ਜੀ ਲੱਗਾ ਰਹੇ, ਉਹ ਨਿਆਣੀ ਆ ਤਾਂ ਜੀ ਲਾਉਣ ਡਿਆ, ਨਵੀਂ ਨਵੀਂ ਵਿਆਹੀ ਆਈ ਹੈ, ਜੀ ਲੱਗਾ ਰਹੇ, ਮਾਂ ਨੂੰ ਪੁੱਛਦਾ ਹੀ ਆਹ ਹਾੜੀ। ਉਹ ਧੀ ਮੇਰੀ ਤਾਂ ਆਹੋ ਠੀਕ ਆ, ਧੀ ਮੇਰੀ ਖੁਸ਼ ਆ, ਜਵਾਈ ਬਹੁਤ ਚੰਗਾ ਵਾ। ਹੈਂ ਜਵਾਈ ਮਾਂ ਕਹਿੰਦੀ ਰੱਬ ਉਹਨੂੰ ਲੰਮੀਆਂ ਲੰਮੀਆਂ ਉਮਰਾਂ ਦਵੇ, ਮੇਰੇ ਜਵਾਈ ਨੂੰ, ਮੇਰੀ ਧੀ ਨੂੰ ਬਹੁਤ ਖੁਸ਼ ਰੱਖਿਆ ਉਹਨੇ, ਹਾਂ ਬਹੁਤ ਖੁਸ਼ ਰੱਖਿਆ, ਬਾਬਾ ਮਿਹਰ ਕਰੇ। ਮਾਏ ਕਹਿੰਦੀ ਉਹਨੂੰ, ਹਾਂ ਆ ਕਿਸੇ ਚੀਜ਼ ਦੀ ਤੰਗੀ ਨਹੀਂ ਆਉਣ ਦਿੰਦਾ। ਮਾਏ ਕਹਿੰਦੀ ਆਹ ਗਰਮੀਆਂ ਦੇ ਸੂਟ ਗਰਮੀਆਂ 'ਚ ਅਤੇ ਸਿਆਲ ਦੇ ਸਿਆਲ 'ਚ, ਤਾਂ ਫਿਰ ਘੁਮਾਉਣ ਲਿਆਉਣ ਸ਼ਿਮਲਾ ਲੈ ਕੇ ਗਿਆ ਯਾਰ, ਗਰਮੀ ਬੜੀ। ਹਾਂ ਬਹੁਤ ਚੰਗਾ। ਮੈਂ ਤਾਂ ਕਹਿੰਦੀ ਰੱਬ ਨਜ਼ਰ ਨਾ ਲਾਵੇ, ਇੱਦਾਂ ਦੇ ਜਵਾਈ ਹੋਣੇ ਚਾਹੀਦੇ। ਆਹ ਮੁੰਡਾ ਹੀ ਉਹ ਜਿਹੜਾ ਲੱਗਾ ਪਿੱਛੇ, ਐਹ ਬਾਕੀ ਜਵਾਈ ਤਾਂ ਮੇਰਾ ਬਹੁਤ ਚੰਗਾ। ਕੀ ਪਤਾ ਕੇ ਖੋਲ ਕੇ ਖਵਾਇਆ। ਬਸ ਬਸ ਬਸ।